ਦੇਖੋ ਮੈਂ ਤੇ ਅੱਜ ਪਿਛਲੀ ਵਾਰੀ ਵਾਅਦਾ ਕੀਤਾ ਸੀਗਾ ਕਿ ਜਿੰਨੀ ਵਾਰੀ ਬਾਜਵਾ ਸਾਹਿਬ ਬਟਾਲੇ ਆ ਕੇ ਮੇਰੇ ਖਿਲਾਫ ਬੋਲਣਗੇ ਉਨੀ ਵਾਰੀ ਮੈਂ ਉਹਨਾਂ ਨੂੰ ਕੋਈ ਨਾ ਕੋਈ ਇੱਕ ਅੱਧਾ ਸਵਾਲ ਜ਼ਰੂਰ ਕਰਾਂਗਾ ਜਨਤਾ ਦੇ ਹੱਕ। ਬਾਜਵਾ ਸਾਹਿਬ ਕਹਿ ਗਏ ਨੇ ਕਿ ਅਸ਼ਵਨੀ ਸਿੰਘ ਜੀ ਧਰਨਾ ਦਿੰਦਾ ਰਿਹਾ ਅਤੇ ਡਿਵੈਲਪਮੈਂਟ ਹੁੰਦੀ ਰਹੇਗੀ। ਪਿਛਲੇ 2 ਸਾਲ 'ਚ ਬਾਜਵਾ ਸਾਹਿਬ ਦੱਸਣ ਬਟਾਲੇ ਦਾ ਕੋਈ ਇਹਨਾਂ ਨੇ 1 ਰੁਪਏ ਦਾ ਵੀ ਕੰਮ ਕਰਾਇਆ, ਅਨਾਊਂਸ ਕਰ ਗਏ ਸਨ ਕਿ ਬਟਾਲੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ 2018 ਦੇ ਪ੍ਰੋਗਰਾਮ ਦੇ ਉੱਤੇ ਬਾਬੇ ਦੇ ਵਿਆਹ ਦੇ ਉੱਤੇ ਇਹ 30 ਲੱਖ ਰੁਪਏ ਦੇਣਗੇ। ਉਹ 30 ਲੱਖ ਬਾਬੇ ਦਾ ਵਿਆਹ ਹੋਇਆ ਵੀ ਮੇਰਾ ਖਿਆਲ 2 ਮਹੀਨੇ ਹੋ ਗਏ ਨੇ ਅਤੇ ਅੱਜ ਤੱਕ ਪੈਸੇ ਤਾਂ ਆਏ ਨਹੀਂ। ਅਤੇ ਉਸ ਦਿਨ ਇੱਕ ਬੜਾ ਵੱਡਾ ਹਾਦਸਾ ਹੋ ਗਿਆ ਕਿ ਇੱਕ ਬੱਚਾ ਜਿਹੜਾ ਵਾ ਉਹ ਸੀਵਰ 'ਚ ਟੱਕਰ ਨਹੀਂ ਸੀ ਲੱਗਾ, ਜਲੰਧਰ ਰੋਡ 'ਚ ਉਹ ਸੀਵਰ 'ਚ ਡਿੱਗ ਪਿਆ, ਉਹਦੀ ਡੈਥ ਹੋ ਗਈ ਔਰ ਇਹਨਾਂ ਦੇ ਹਲਕੇ ਦਾ ਬੱਚਾ। ਬਾਜਵਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਉਸ ਬੱਚੇ ਦੇ ਪਰਿਵਾਰ ਨੂੰ 5 ਲੱਖ ਰੁਪਇਆ ਕੰਪਨਸੇਸ਼ਨ ਦੇਣੀ ਚਾਹੀਦੀ, ਦਿੱਤੀ ਜੇ? ਉਸ ਬੱਚੇ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦੇਣੀ ਚਾਹੀਦੀ ਆ, ਉਹ ਦਿੱਤੀ ਜੇ? ਅਤੇ ਜਾਂ ਤੁਸੀਂ ਕੋਈ ਐਸਾ ਕੰਮ ਦੱਸ ਦਿਓ ਜਿਹੜਾ ਕਿ ਜ਼ਿਲ੍ਹੇ 'ਚ ਲਿਆ ਕੇ ਬਹੁਤ ਵੱਡਾ ਤੁਸੀਂ ਮਨਿਸਟਰ ਬਣੇ ਹੋ, ਕੋਈ ਵੱਡੀ ਇੰਡਸਟਰੀ ਲਿਆਉਂਦੀ ਜੇ? ਚਲੋ ਤੁਸੀਂ ਇਹੀ ਗਿਣਾ ਦਿਓ ਕਿ ਹਲਕਾ ਫਤਿਹਗੜ੍ਹ ਚੂੜੀਆਂ ਜਿਹੜੇ ਤੁਸੀਂ ਵੋਟਾਂ ਲੈ ਕੇ ਅੱਜ ਮਨਿਸਟਰ ਬਣੇ ਜੇ, ਉਹਦੇ 10 ਬੰਦਿਆਂ ਦਾ ਨਾਂ ਦਵਾ ਦੱਸ ਦਿਓ ਮੈਨੂੰ ਜਿਨ੍ਹਾਂ ਦੇ, ਜਾਂ 2 ਬੰਦਿਆਂ ਦਾ ਨਾਂ ਦੱਸ ਦਿਓ ਜਿਹਨਾਂ ਨੂੰ ਨੌਕਰੀ ਦਵਾਈ ਜੇ। ਕੈਪਟਨ ਅਮਰਿੰਦਰ ਸਿੰਘ ਜੀ ਨੇ ਅਨਾਊਂਸ ਕੀਤਾ ਸੀਗਾ ਕਿ ਘਰ ਘਰ ਨੌਕਰੀ ਦੇਣੀ ਹੈ, ਤੁਸੀਂ ਮੰਤਰੀ ਜੇ ਤੁਹਾਡਾ ਫਰਜ਼ ਵਾ ਕਿ ਘਰ ਘਰ ਨੌਕਰੀ ਲੈ ਕੇ ਜਾਓ। ਆਪਣੇ ਹਲਕੇ 'ਚ ਦੱਸੋ ਕਿਹੜੇ 2 ਬੰਦਿਆਂ ਨੌਕਰੀ ਦਵਾਈ ਜੇ 2 ਸਾਲਾਂ 'ਚ। ਬਾਕੀ ਮੇਰਾ ਅੱਜ ਦਾ ਜਿਹੜਾ ਸਵਾਲ ਹੈ ਇਹਨਾਂ ਨੂੰ ਇਹੀ ਹੈ, ਕਿਉਂਕਿ ਜਿੰਨੀ ਵਾਰੀ ਬੋਲਣਗੇ ਉਨੀ ਵਾਰੀ ਸਵਾਲ ਪੁੱਛਾਂਗਾ। ਇਹ ਅਰਬਨ ਡਿਵੈਲਪਮੈਂਟ ਮਿਨਿਸਟਰੀ ਦੇ ਇੰਚਾਰਜ ਨੇ, ਕੈਪਟਨ ਸਾਹਿਬ ਨੇ ਰਾਹੁਲ ਗਾਂਧੀ ਨੇ ਇਹਨਾਂ ਨੂੰ ਸਭ ਤੋਂ ਇੰਪੋਰਟੈਂਟ ਮਹਿਕਮਾ ਦਿੱਤਾ ਕਿ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਕੀਤਾ ਜਾਵੇ, ਸ਼ਹਿਰਾਂ ਦੀ ਸਲੰਮਸ ਨੂੰ ਦੂਰ ਕਰਨ ਦੇ ਲਈ ਇੱਕ ਬਹੁਤ ਵੱਡੀ ਸਾਰੇ ਹਿੰਦੁਸਤਾਨ 'ਚ ਸਕੀਮ ਚੱਲ ਰਹੀ ਹੈ ਜਿਹਨੂੰ ਕਹਿੰਦੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਿਹਦੇ 'ਚ ਗਰੀਬ ਪਰਿਵਾਰ ਜਿਹਨਾਂ ਕੋਲ ਘਰ ਹੈ ਨਹੀਂ, ਜਿਹੜੇ ਸਲੰਮ 'ਚ ਰਹਿ ਰਹੇ ਨੇ, ਉਹਨਾਂ ਨੂੰ ਬਹੁਤ ਘੱਟ ਰੇਟ ਦੇ ਉੱਤੇ ਜਿਹੜਾ ਵਾ ਸਬਸਿਡਾਈਜ਼ ਜਿਹੜਾ ਵਾ ਮਕਾਨ ਦਿੱਤਾ ਜਾਂਦਾ ਬਣਾ ਕੇ। ਲੱਖਾਂ ਮਕਾਨ ਜਿਹੜੇ ਆ ਬਾਹਰਲੀਆਂ ਸਟੇਟਾਂ 'ਚ ਬਣ ਰਹੇ ਨੇ, ਲੱਖਾਂ ਮਹਾਰਾਸ਼ਟਰਾ 'ਚ, ਗੁਜਰਾਤ 'ਚ, ਹਾਂਜੀ ਰਾਜਸਥਾਨ 'ਚ, ਯੂਪੀ 'ਚ, ਬਿਹਾਰ 'ਚ, ਹਾਂਜੀ ਸਭ ਜਗ੍ਹਾ ਬਣ ਰਹੇ ਆ। ਇਹ ਮੰਤਰੀ ਸਾਹਿਬ ਤੁਸੀਂ ਦੱਸੋ ਕਿ ਪੰਜਾਬ ਦੇ ਜਿਹੜੇ ਗਰੀਬ ਨੇ ਸ਼ਹਿਰੀ ਜਿਹਨਾਂ ਕੋਲ ਆਪਣੇ ਮਕਾਨ ਨਹੀਂ, ਜਿਹੜੇ ਕਿਰਾਇਆ 'ਤੇ ਵਿਚਾਰੇ ਰਹਿ ਰਹੇ ਨੇ, ਕਈ ਇੱਕ ਕਮਰੇ 'ਚ 10-10 ਜੀ ਸੌ ਰਹੇ ਨੇ, ਉਹਨਾਂ ਨੂੰ ਘਰ ਦੇਣ ਲਈ ਤੁਸੀਂ ਸਰਕਾਰ ਨੇ ਕੋਈ ਪ੍ਰਪੋਜ਼ਲ ਭੇਜੀ ਅੱਜ ਤੱਕ ਦਿੱਲੀ? ਪੈਸੇ ਤਾਂ ਬਾਅਦ 'ਚ ਲਿਆਉਣੇ ਆ, ਲੱਗਣੇ ਬਾਅਦ 'ਚ ਹੈ। ਤੁਸੀਂ ਆਪਣੀ ਪਰਫੋਰਮੈਂਸ ਜਨਤਾ ਨੂੰ ਦੱਸੋ, ਮੈਂ ਤਾਂ ਜਨਤਾ ਹਾਂ, ਤੁਸੀਂ ਰਾਜੇ ਹੋ, ਅਸੀਂ ਪ੍ਰਜਾ, ਮੈਂ ਕੋਈ ਅਹੁਦੇਦਾਰ ਨਹੀਂ ਤੁਹਾਡਾ, ਮੈਂ ਕੋਈ ਤੁਹਾਡਾ ਉਹ ਨਹੀਂ ਹੈਗਾ, ਆਫਿਸ ਬੇਅਰਰ ਨਹੀਂ ਹਾਂ, ਕੋਈ ਮਿਨਿਸਟਰ ਨਹੀਂ ਹੈ, ਕੋਈ MLA ਨਹੀਂ ਹੈ, ਕੋਈ ਕੌਂਸਲਰ ਨਹੀਂ ਹੈ, ਜਨਤਾ ਤਾਂ ਤੁਸੀਂ ਪਬਲਿਕ ਸਰਵੈਂਟ ਹੋ ਔਰ ਅਸੀਂ ਪਬਲਿਕ ਹਾਂ। ਪਬਲਿਕ ਤੁਹਾਨੂੰ ਸਵਾਲ ਕਰਦੀ ਹੈ, ਬਾਜਵਾ ਸਾਹਿਬ ਪੰਜਾਬ ਦੇ ਸ਼ਹਿਰੀ ਗਰੀਬਾਂ ਲਈ ਘਰ ਬਣਾਉਣ ਦਾ ਇੰਤਜ਼ਾਮ ਦੱਸੋ ਕੀ ਕੀਤਾ? 2 ਸਾਲ 'ਚ ਇੱਕ ਵੀ ਘਰ ਬਣਾਇਆ ਜੇ? ਜੇ ਘਰ ਨਹੀਂ ਬਣਾਇਆ ਤਾਂ ਘੱਟੋ ਘੱਟ ਸਕੀਮ ਦੱਸੋ ਜਿਹੜੀ ਭੇਜੀ ਹੈ ਹਿੰਦੁਸਤਾਨ ਦੀ ਸਰਕਾਰ ਨੂੰ, ਕਿ ਲਓ ਜੀ ਪੰਜਾਬ ਦੇ ਵਿੱਚ 1,00,000 ਘਰ ਬਣਨੇ ਚਾਹੀਦੇ ਆ, ਦੱਸੋ ਭੇਜੀ ਹੈ? ਕੰਮ ਕਰੋ, ਕੰਮ ਤੁਹਾਨੂੰ ਮੰਤਰੀ ਬਣਾਇਆ ਕੰਮ ਕਰਨ ਲਈ, ਇਹ ਤਾਂ ਉਹੀ ਦੱਸਣਗੇ ਜੀ, ਕਿਉਂਕਿ ਮੈਂ ਜਨਤਾ ਦੀ ਆਵਾਜ਼ ਚੁੱਕਣਾ, ਮੈਂ ਲੋਕਾਂ ਦੀ ਆਵਾਜ਼ ਚੁੱਕਣਾ, ਲੋਕਾਂ ਦੇ ਕੰਮ ਦੱਸਦਾ, ਇਹਨਾਂ ਨੂੰ ਤਕਲੀਫ ਹੁੰਦੀ ਹੈ। ਇਹ SGPC ਦੀਆਂ ਗੱਲਾਂ ਕਰਦੇ ਕਿ ਚੁਣਾਵ 'ਚ ਇਹਨਾਂ ਹਿੱਸਾ ਲੈਣਾ, ਜਾ ਕੇ ਲੜੋ, ਸਾਨੂੰ ਕੀ ਤਕਲੀਫ ਆ ਉਹ 'ਚ, ਲੜੋ ਤੁਸੀਂ SGPC ਦਾ ਚੁਣਾਵ, ਸਾਨੂੰ ਉਹਦੀ ਕੋਈ ਤਕਲੀਫ ਨਹੀਂ। ਪਰ ਤੁਹਾਨੂੰ ਕਾਂਗਰਸ ਪਾਰਟੀ ਨੇ
ਜਿਤਾਇਆ, ਕਾਂਗਰਸ ਦੀ ਟਿਕਟ 'ਤੇ ਜਿੱਤੇ ਹੋ, ਮੰਤਰੀ ਤੁਹਾਨੂੰ ਕੈਪਟਨ ਸਾਹਿਬ ਨੇ ਬਣਾਇਆ, ਰਾਹੁਲ ਗਾਂਧੀ ਜੀ ਨੇ ਬਣਾਇਆ, ਤੁਹਾਡੇ ਕੋਲ ਸਵਾਲ ਤਾਂ ਅਸੀਂ ਪੁੱਛਣਾ ਹੀ ਪੁੱਛਣਾ ਵਾ ਕਿ ਸਾਡੇ ਗਰੀਬਾਂ ਦਾ ਘਰ ਦੇ ਦਿਉ। ਉਹ ਤਾਂ ਬਾਜਵਾ ਸਾਹਿਬ ਹੀ ਦੱਸਣਗੇ, ਮੈਂ ਹੁਣ ਦੱਸਾਂ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਹਰ ਗੱਲ ਸੁਣੋ, ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ, ਅਸੀਂ ਸੇਵਾ ਕਰ ਰਿਹਾ, ਅਸੀਂ ਲੋਕਾਂ ਦੀ ਗੱਲ ਕਰ ਰਿਹਾ, ਅਤੇ ਲੋਕਾਂ ਨੂੰ ਤਕਲੀਫ ਹੋ ਰਹੀ ਕਿ ਲੋਕਾਂ ਦੀ ਗੱਲ ਕਿਉਂ ਕਰਦੇ, ਦੱਸੋ ਨਾ ਕਰੀ, ਜਨਤਾ ਦੀ ਗੱਲ ਨਾ ਕਰੀਏ। ਤੁਹਾਡੇ ਮਹੱਲੇ ਦਾ ਕੀ ਹਾਲ ਹੈ ਤੁਸੀਂ ਦੱਸੋ ਭਾਈ ਸਾਹਿਬ, ਸਾਰੇ ਸ਼ਹਿਰ ਤੁਸੀਂ ਖੁਸ਼ ਹੋ? ਅਤੇ ਜੇ ਖੁਸ਼ ਨਹੀਂ ਹੈ ਤਾਂ ਤੁਹਾਡੀ ਗੱਲ ਕੌਣ ਕਰੇਗਾ? MLA ਤਾਂ ਤੁਹਾਡਾ ਅਕਾਲੀ ਦਲ ਦਾ ਬੋਲਦਾ ਨਹੀਂ, ਅਤੇ ਘੁੱਗੀ ਜਿੱਦਾਂ ਦੀ ਵੋਟ ਪਈ ਆ ਉੱਦਾਂ ਤਾਂ ਉੱਡ ਗਿਆ, ਅਤੇ ਉਡਾਰੀ ਮਾਰ ਕੇ ਵੜਦਾ ਨਹੀਂ, ਅਤੇ ਮੈਂ ਹੀ ਹਾਂ ਨਾ ਇੱਥੇ, ਅਤੇ ਜੇ ਮੈਂ ਵੀ ਤੁਹਾਡੀ ਗੱਲ ਨਹੀਂ ਕਰਾਂਗਾ, ਤੁਸੀਂ ਪ੍ਰੈਸ ਵਾਲੇ ਸਾਥੀ ਹੋ, ਤਾਂ ਕੌਣ ਕਰੇਗਾ? ਝਗੜਾ ਨਹੀਂ ਹੈਗਾ, ਮੈਂ ਗੱਲ ਸੁਣੋ, ਇਹ 'ਚ ਕੀ ਝਗੜਾ? ਮੈਂ ਆਪਣੇ ਸ਼ਹਿਰ ਦੀ ਲੜਾਈ ਲੜ ਰਿਹਾ, ਇਹ 'ਚ ਕੀ ਝਗੜਾ? ਦੱਸੋ, ਉਹ ਮਨਿਸਟਰ ਹੈ, ਦੇਖੋ ਬੱਚਿਆਂ ਨੇ ਆਪਣੇ ਮਾਂ ਬਾਪ ਨੂੰ ਕਹਿਣਾ ਨਾ, ਅਤੇ ਜੇ ਬੱਚਾ ਰੋ ਰਿਹਾ ਤਾਂ ਮਾਂ ਦੁੱਧ ਨਹੀਂ ਦਿੰਦੀ ਕਾਕਾ। ਅਸੀਂ ਆਪਣੀ ਗੱਲ ਨਾ ਦੱਸੀਏ, ਪਹਿਲਾਂ ਮੈਂ ਵਿਧਾਨ ਸਭਾ ਸੀਗਾ, ਵਿਧਾਨ ਸਭਾ 'ਚ ਮੈਂ ਗੱਲ ਉੱਥੇ ਰੱਖਦਾ ਸੀ, ਅਕਾਲੀ ਦਲ ਦੀ ਰਾਜ ਸੀਗਾ, ਇੰਨਾ ਸ਼ੋਰ ਮਚਾਇਆ, ਇੰਨਾ ਰੌਲਾ ਪਾਇਆ ਕਿ ਸੁਖਬੀਰ ਬਾਦਲ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਜਬੂਰਨ 5 ਸ਼ਹਿਰਾਂ 'ਚ ਲੱਗਣੀ ਸੀ ਅੰਮ੍ਰਿਤ ਸਕੀਮ, ਬਟਾਲਾ ਮੰਨਣਾ ਪਿਆ ਕਿ ਬਟਾਲੇ ਵੀ ਦਿਆਂਗੇ ਚਾਹੇ ਕਾਂਗਰਸ ਜਿੱਤੀ ਉੱਥੇ, ਕਰਾਇਆ ਨਾ ਕਰਾਇਆ, ਹੁਣ ਫਿਰ ਅਸੀਂ ਗੱਲ ਚੁੱਕ ਰਹੇ ਹਾਂ। ਹਾਲ ਹੈ ਕੁਛ ਵਾਅਦੇ ਸਾਰੇ ਸਰਕਾਰ ਦੇ ਕੀਤੇ, ਕੁਛ ਮਿਨਿਸਟਰ ਕੁਛ MLA ਤਾਂ ਬਹੁਤ ਵਧੀਆ ਕੰਮ ਕਰ ਰਹੇ ਨੇ, ਜਿਹੜੇ ਨਹੀਂ ਕੰਮ ਕਰ ਰਹੇ ਆਪਾਂ ਉਹਨਾਂ 'ਤੇ ਸਵਾਲ ਉਠਾ ਰਹੇ ਹਾਂ। ਇਹਨਾਂ ਦਾ ਫਤਿਹਗੜ੍ਹ ਚੂੜੀਆਂ ਹਲਕਾ ਨਾ, ਤੁਸੀਂ ਜਾ ਕੇ ਪੁੱਛ ਲਓ ਉੱਥੋਂ ਦੇ ਲੋਕ ਖੁਸ਼ ਨੇ, ਜੇ ਉੱਥੋਂ ਦੇ ਲੋਕ ਖੁਸ਼ ਨੇ ਤਾਂ ਫਿਰ ਖੁਸ਼ ਹੈ। ਕਿਹੜਾ ਮੁੰਡਾ ਕੋਈ ਨੌਕਰ ਹੋਇਆ ਉੱਥੇ, ਮਿਨਿਸਟਰ ਹੈ ਕੋਈ ਨਵਾਂ ਉੱਥੇ ਇੰਡਸਟਰੀ ਲੱਗ ਗਿਆ, ਕੋਈ ਇੰਚਾਰਜ ਨਹੀਂ, ਮੈਂ ਕੁਛ ਨਹੀਂ, ਮੈਂ ਇੱਕ ਆਮ ਸ਼ਹਿਰੀ ਹੈ, ਸਰਕਾਰ ਤੁਹਾਡੀ ਹੋਈ ਹੈ, ਆ ਮੈਂ ਕਾਂਗਰਸੀ, ਕਾਂਗਰਸੀ ਸਰਕਾਰ ਹੈਗੀ, ਬੜੇ ਕੰਮ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਕਰਵਾਵਾਂਗਾ ਨਾ, ਮੈਂ ਜਿੰਨੇ ਯੋਗਾ ਹੈਗਾ ਮੈਂ ਸੰਘਰਸ਼ ਕਰਾਂਗਾ, ਕੰਮ ਹੋਣਗੇ, ਜੇ ਸੰਘਰਸ਼ ਹੀ ਨਹੀਂ ਕਰਾਂਗੇ ਸਾਨੂੰ ਕਿੰਨੇ ਪੁੱਛਣਾ। ਉਹ ਉਹਨਾਂ ਦੀ ਆਪਣੀ ਮਰਜ਼ੀ ਆ, ਸਰਕਾਰ ਬਾਬੇ ਨਾਨਕ ਜੀ ਦੇ ਇੱਥੇ ਇਲਾਜ ਨੇ, ਬਟਾਲੇ ਦੀ ਡਿਵੈਲਪਮੈਂਟ ਹੋਣੀ ਆ, ਬਟਾਲੇ ਦੀ ਡਿਵੈਲਪਮੈਂਟ ਉਹਨਾਂ ਨੇ ਪਾਈ ਦੀ ਨਹੀਂ, ਮੈਂ ਤਾਂ ਪਿੱਛੇ ਹੁਣ ਵੀ ਕਹਿ ਰਿਹਾ ਵੀ ਉਹਨਾਂ ਦਾ ਆਪਣਾ ਮੈਨੀਫੈਸਟੋ ਸੀ ਸੇਖੜੀ ਸਾਹਿਬ ਦਾ, ਆਪਣਾ ਮੈਨੀਫੈਸਟੋ ਪੜ੍ਹ ਲੈਣ ਫਿਰ ਕੁਛ ਬੋਲਣ। ਮੈਂ ਕਹਿੰਦਾ ਵੀ ਬਹੁਤ ਚੰਗੀ ਗੱਲ ਆ, ਉਹਨਾਂ ਨੂੰ ਉੱਥੇ ਬਹਿ ਹੀ ਰਹਿਣਾ ਚਾਹੀਦਾ, ਉਨੀ ਦੇਰ ਉੱਠਣਾ ਨਹੀਂ ਚਾਹੀਦਾ, ਉਨੀ ਦੇਰ ਉੱਠਣਾ ਨਹੀਂ ਚਾਹੀਦਾ। 270 ਕਰੋੜ ਉਹਨਾਂ ਨੂੰ ਦੱਸੋ ਵੀ ਸਰਦਾਰ ਜੀ ਬਾਉ ਜੀ ਤੁਸੀਂ ਮਨਜ਼ੂਰ ਕਿਰਾਇਆ ਪਰ ਲਿਆਂਦਾ ਕਿਉਂ ਨਹੀਂ, ਆਊਗਾ 270 ਕਰੋੜ ਲੱਗਿਆ, ਜਿਹੜਾ ਲੱਗਣਾ ਵਾ STP ਜਿਹੜਾ ਲੱਗਣਾ ਉਹਦੀ ਜ਼ਮੀਨ ਦਾ ਸਿਸਟਮ ਕਲੀਅਰ ਹੋ ਰਿਹਾ ਵਾ, ਉਹ ਵੀ ਲੱਗੇਗਾ। ਸਿਖੜੀ ਸਾਹਿਬ ਨੂੰ ਧਰਨੇ ਮੁਬਾਰਕ ਉਹਨਾਂ ਦੀ ਸੋਚ ਉਹਨਾਂ ਨਾਲ, ਪਰ ਬਟਾਲੇ ਦੀ ਡਿਵੈਲਪਮੈਂਟ ਵਧੀਆ ਵਧੀਆ ਤਰੀਕੇ ਨਾਲ।